ਮਹਾਰਾ ਹਰਿਆਣਾ ਹਰਿਆਣਾ ਕਾ ਦਿਲਾ ਯਮਨਾ ਨਗਰ ਯਮਨਾ ਨਗਰ ਕਾ ਪ੍ਰਣਾ ਨੋ ਬਈ ਅਬਦੁੱਲਾ ਭਰ ਅਬਦੁੱਲਾ ਭਰ ਕੇ ਖੜੀ ਬੋਲੀ ਖੜੀ ਬੋਲੀ ਮਾਰੀ ਬੋਲੀ ਯਾਰ ਮਾਰੀ ਬੋਲੀ ਪਿਆਰੀ ਕਾਰੀ ਬੋਲੀ ਭਾਈ ਆਜ 19 ਜੂਨ 2022 ਆ ਬੜੀ ਗਰਮੀ ਰਹੀ ਬਗਾ ਜੂਨ ਮਾ ਥੋੜੇ ਜਿਹੀ ਬਰਸਾਤੀ ਹੋਈ ਹੈ ਭਾਈ ਅੱਜ ਬੱਦਲ ਸੇ ਆਏ ਆ ਦੇਖੋ ਮੈਂ ਦਿਖਾ ਰਿਹਾ ਆਪ ਨੂੰ ਬੱਦਲ ਸੇ ਹਰ ਮੈਂ ਬਾਹਰ ਸੁਆਣੀ ਮੈਂ ਖੜਿਆ ਆਇਆ ਗਾਉਂ ਕੇ ਔਰ ਭਾਈ ਗਾਉਂ ਵੀ ਕਿਆ ਚਾਰ ਘਰ ਸੜਕ ਤੇ ਪਰਖੇ ਆਜ ਕੱਲ ਮੈਂ ਇੱਕ ਬਾਤ ਦੱਸ ਰਿਹਾ ਤਾਂ ਪਹਿਲਾਂ ਵੀ ਕਿਹਾ ਮੈਂ ਚਾਉਂਸ ਮੈਂ ਗੁੱਸਾ ਹੀ ਲਗਾਉ ਆਪ ਨੂੰ ਭਾਈ ਹਮ ਕੀ ਕਰ ਰਹੇ ਆਜ ਕੱਲ ਗਾਉਂ ਤੇ ਬਾਹਰ ਨਿਕਲ ਰਹੇ ਆਪਣੀ ਜ਼ਮੀਨ ਕਹੀਂ ਸੜਕ ਤੇ ਰੌਸਪਾ ਮਕਾਨ ਬਣਾ ਲੀਆ ਕੋਠੀ ਬਣਾ ਲੀ ਭਾਈ ਔਰਨੀ ਪਲਾਟ ਜਾਂ ਮੋਲ ਔਰ ਬਣਾ ਲਈ ਕੋਠੀ ਭਾਈ ਮਕਾਨ ਬਣਾ ਲਿਆ ਭਾਈ ਰਵਾਜ ਪੜ ਗਿਆ ਪਰ ਇੱਕ ਬਾਤ ਦਾ ਖਿਆਲ ਨਹੀਂ ਰੱਖਦੇ ਜਦ ਮਕਾਨ ਬਣਾਵਾਂਗੇ ਕੋਠੀ ਬਣਾਵਾਂਗੇ ਲੱਖ ਰੁਪਇਆ ਖਰਚ ਕਰ ਦਿਆ ਪਰ ਪਾਣੀ ਕਿੰਨੇ ਕਸੀ ਕਹਾਂ ਜਾ ਕੇ ਉਸਕੀ ਪਹਿਲਾਂ ਤਾਂ ਪਾਣੀ ਗੱਡਾਂ ਤੇ ਭਰਾਂ ਤੇ ਬਾਲਟੀਆਂ ਤੇ ਭਰਾਂ ਤੇ ਭਾਈ ਨਾਲ ਕਾਫੀ ਗੇੜਾ ਤੇ ਮੁਸ਼ਕਲ ਹੋ ਜਾਂਦੀ ਇਹ ਵੀ ਤਾਂ ਸਰਕਾਰ ਨੇ ਟੁੰਟੀਆਂ ਰਾਜੀ ਆਪਣੇ ਵੀ ਲੋਕਾਂ ਨੇ ਪੋਰ ਕਰਾ ਗਿਆ ਘਰਾਂ ਮਾ ਭਾਈ ਭਾਈ ਜੋ ਸਰਕਾਰ ਕੇ ਲਾਇਆ ਚਾਹੋ ਗਾਵਾਂ ਚਾਹੋ ਸ਼ਹਿਰਾਂ ਤਮ ਤੋ ਤਾਈ ਬੰਦ ਕਰਾਂ ਜਿਸ ਵਕਤ ਟੀਲ ਆਪਣੇ ਆਪ ਬੰਦ ਹੋ ਜਾ ਸਰਕਾਰੀ ਅਰ ਭਾਈ ਜੋ ਘਰਾਂ ਮਲ ਰਖਾ ਵੀ ਮੈਂ ਦੇਖਿਆ ਭਾਈ ਜੇ ਤੋ ਬਿਜਲੀ ਨਾਲ ਬਿਜਲੀ ਬੰਦ ਕਰਦੀ ਤੇ ਮਹਾਰਾ ਉਹ ਵੀ ਮੋਟਰ ਬੰਦ ਹੋ ਜਾਗੀ ਭਾਈ ਪਾਣੀ ਵਾਲੀ ਅਰਨੇ ਬੱਚਾ ਲੋ ਰਹਾ ਚਲੋ ਰਹਾ ਚਲੋ ਰਹਾ ਇਹ ਮੇਰੀ ਸਮੱਸਿਆ ਜੋ ਥੀ ਮੇਰੀ ਕਥਾਰੀ ਸਮੱਸਿਆ ਮੇਰੀ ਕੱਲੇ ਕੀ ਥੋੜੀ ਆ ਜੋ ਸਮੱਸਿਆ ਜੋ ਥੀ ਜਿੰਨੇ ਮਕਾਨ ਬਣਾ ਜੀਏ ਕੋਠੀਆਂ ਬਣਾ ਜੀਏ ਸੜਕ ਪਰ ਬਾਹਰ ਸੋਣੇ ਵਾਂ 68% ਤੋਂ ਰਬਣਾ ਜੀ ਪਾਣੀ ਕਿੰਨੇ ਕਾਸੀ ਹੈ ਜੀ ਪਾਣੀ ਕਹਾਂ ਜਾਏਗਾ ਭਾਈ ਸੜਕ 'ਪਾ ਛੋੜਾਂਗੇ ਔਰ ਮੈਂ ਤਾਂ ਉਹਨਾਂ ਜ਼ਿੰਮੇਦਾਰਾਂ ਨੂੰ ਬੇਵਕੂਫ ਕਹੂੰ ਜੋ ਜਿਹਨਾਂ ਕੇ ਖੇਤ ਅੱਗਾ ਕਹੀਂ ਨਚਾਲ ਮਾਰ ਬਸ ਸੜਕ 'ਪਰ ਨੂੰ ਛੋੜ ਰਹੇ ਸੜਕਾ ਮਤਲਬ ਇਹ ਹੋ ਨਹੀਂ ਆ ਕਿ ਪੱਕਾ ਗੋਲਾ ਅਜ ਕਰੇ ਗੋਲਾ ਕਰਿਆ ਮੈਂ ਪੱਕਾ ਗੋਲੇ ਨਹੀਂ ਮੈਂ ਕਹਿੰਦਾ ਹੂੰ ਮੇਰਾ ਮਤਲਬ ਸੜਕਾ ਯੋ ਹੈ ਵੀ ਜੋ ਰਸਤਾ ਹੈ ਚਾਹ ਰਸਤਾ ਕੋਹਰ ਕਾਇਓ ਚਾਹ ਕੋਈਸਾ ਰਸਤਾ ਜੋ ਰਸਤੇ ਮੈਂ ਪਾਣੀ ਛੋੜ ਰਿਹਾ ਚਾਹੋ ਜ਼ਿਮੀਦਾਰਾ ਚਾਹੋ ਕਿਸੀ ਨੇ ਆਪਣੀ ਕੋਠੀ ਪਰ ਰੱਖੀ ਚਾਹੋ ਲੋਕਾਂ ਨੇ ਰੱਖੀ ਮੈਂ ਨੇ ਕਾ ਲੈਣਾ ਧਣੀਆਂ ਲੈਣਾ ਮੈਂ ਪਰ ਮੇਰਾ ਤਾਂ ਮਸਲਾ ਜੋ ਹੈ ਵੀ ਜਦ ਮੈਂ ਕਹੀਂ ਦੇਖੂ ਪਾਣੀ ਸੜਕ ਖਰਾਬ ਵਾਰੀ ਪੱਕੀ ਸੜਕ ਸਰਕਾਰ ਬਣਾ ਰਹੀ ਔਰ ਪਾਣੀ ਛੋੜ ਕੇ ਲੋਕ ਖਰਾਬ ਕਰ ਰਹੇ ਨੇ ਜੋ ਜਿਨੇ ਕੋਠੀਆਂ ਪਾਈਆਂ ਮਕਾਨ ਪਾਈ ਤੋਰਾ ਨਿਕਾਸੀ ਤਾਂ ਦੇਖੀ ਨਹੀਂ ਪਾਣੀ ਕਹਾਂ ਜਾਗਾ ਭਾਈ ਉਨ੍ਹਾਂ ਔਰ ਭਾਈ ਜੋ ਜ਼ਿਮੀਦਾਰ ਹੈ ਪਾਈ ਪਿਤਾ ਬਲੋ ਆਪਣੇ ਪਰ ਮੈਂ ਕੀ ਕਰਾਂਗਾ ਜਹਾਂ ਰਸਤਾ ਦੇਖਿਆ ਗੌਰ ਦੇਖਿਆ ਅਸੀਂ ਮੈਂ ਛੋੜ ਕੇ ਪਾਣੀ ਹੋ ਗਏ ਹੋ ਗਿਆ ਪਾਣੀ ਹੋ ਗਿਆ ਬਈ ਲੋਕਾਂ ਦਾ ਸਤਾਨਾਸ ਕਰਦੇ ਜੇ ਵਹਾਂ ਤੋਂ ਨਿਕਲਦੇ ਆਏ ਇਹ ਵੀ ਸੜਕ ਰੋਜ਼ ਤੋਂ ਗਵਰਨਮੈਂਟ ਬਣਾਉਂਦੀ ਨਹੀਂ ਅਰ ਨਾਲ ਲੋਕ ਰੋਜ਼ ਆਪਣਾ ਕੋਹਰ ਸਾਫ ਕਰਾ ਅਰ ਬਾਣੀ ਛੋੜ ਕੇ ਕਰ ਦਿਆ ਸਤਾਨਾਸ ਅਰ ਮੈਂ ਤਾਂ ਕਈ ਔਰਤਾਂ ਦੇ ਖੀਸ ਮੇਰੀ 4 ਵਜੇ ਉਠਾਂਂ ਵੀਚਾਰੀ ਅਰ ਮਾਨ ਸੋਹਰੇ ਉਹਨਾਂ ਦੇ ਘਰ ਵਾਲੇ ਸੋਹਰੇ ਮਰਦ ਸੋਹਰੇ ਉਹਨਾਂ ਕੇ ਅਰ ਮੈਂ ਵਿਚਾਰੀ ਡੋਕੜਾ ਜੋਕ ਬਾਹਰ ਖੁੱਦਿਆ ਸੜਕ ਕੇ ਕਿਨਾਰਾ ਉਸਮਤੇ ਪਾਣੀ ਕੱਢ ਰਹੇ ਪਾਣੀ ਕੱਢ ਕੇ ਗਿਰਾ ਵਿਚਾਰੀ ਮੈਂ ਸਵੇਰੀ ਸਵੇਰੇ ਉੱਠ ਕਾ ਭਾਈ ਬਲੇ ਮਾਨਸੋਜ਼ ਪਾਣੀ ਦਾ ਜੋ ਤੁਮਨੇ ਇਤਨਾ ਪਾਣੀ ਪਹਿਲੀ ਬਾਤ ਪਾਣੀ ਦਾ ਖਿਆਲ ਰੱਖੋ ਇੱਕ ਇੱਕ ਬੂੰਦ ਦਾ ਖਿਆਲ ਰੱਖੋ ਪਾਣੀ ਜ਼ਾਇਆ ਨਾ ਕਰੋ ਉਸ ਨੂੰ ਅਰ ਜੇ ਤੁਮਨੇ ਕੋਠੀ ਬਣਾਈ ਦੀ ਪਾਣੀ ਦੀ ਨਿਕਾਸੀ ਦਾ ਖਿਆਲ ਰੱਖੋ ਪਾਣੀ ਕਮ ਤੋਂ ਕਮ ਇਸਤੇਮਾਲ ਕਰੋ ਤੋ ਕਹੜੇ ਦਾ ਮਤਲਬ ਜੋ ਥਾ ਭਈ ਜੋ ਕੋਠੀਆਂ ਬਾਹਰ ਬਣਾਦੇ ਗਾਉਂ ਤੇ ਆਏਗਾ ਸ਼ਹਿਰਾਂ ਤੇ ਬਾਹਰ ਬਣਾ ਰਹੇ ਆ ਖੇਤਾਂ ਬਣਾ ਰਹੇ ਕੋਈ ਔਰ ਜਿੱਦ ਨਾ ਬਣਾਓ ਆਪਣੇ ਖੇਤਾਂ ਮੈਂ ਭਾਈ ਦੂਸਰੇ ਕਾ ਪਾਣੀ ਦੂਸਰੇ ਕਾ ਖੇਤਾਂ ਮਾ ਕੋਈ ਛੋੜਨ ਗਿੰਦਾ ਬਿਲਕੁਲ ਬਿਲਕੁਲ ਨਹੀਂ ਜਾਣ ਦਿੰਦਾ ਪਾਣੀ ਜੋ ਖਿਆਲ ਰੱਖ ਜਿਓ ਆਪ ਕੋਈ ਪਾਣੀ ਨਹੀਂ ਜਾਣਦਾ ਕੋਈ ਕਿਸੇ ਦੂਸਰੇ ਖੇਤ ਮੈਂ ਆਪਣਾ ਪਾਣੀ ਛੋਡਾ ਵੀ ਕੱਟਾ ਕੋਈ ਬਿਲਕੁਲ ਨਹੀਂ ਜਾਣਦਾ ਨਜਜ ਪਾਣੀ ਹਰ ਘਰ ਦਾ ਪਾਣੀ ਤਾਂ ਕੌਣ ਜਾਣਦਾ ਹੈ ਭਾਈ ਬਸ ਫਿਰ ਕੀ ਕਰਾਂਗੇ ਸੜਕ ਕਿਉਂਕਿ ਸਰਕਾਰੀ ਹੈ ਜੇ ਅਸੀਂ ਕਹਿ ਵੀ ਦੇ ਵੀ ਸੜਕ ਪਰ ਕਾ ਕਰੇ ਕਾਹਦੀ ਸਰਕਾਰੀ ਹੈ ਬਸ ਸਰਕਾਰੀ ਤੋਂ ਹੈ ਕੁਛ ਲੱਗਦੇ ਉਹ ਕਮ ਤੱਕ ਮੈਂ ਦੂਸਰੇ ਲੋਕਾਂ ਦਾ ਖਿਆਲ ਕਰ ਜੋ ਨਹਾਣਾ ਜਾਣਾ ਉਹਨਾਂ ਦਾ ਤਾਂ ਖਿਆਲ ਕਰ ਲਿਓ ਪਰ ਨਾ ਜੀ ਨਾ ਨਾ ਕੌਣ ਖਿਆਲ ਕਰਾ ਭਾਈ ਬਈ ਤੁਮ ਤਾਂ ਖਿਆਲ ਰੱਖ ਰਿਓ ਜੋ ਮੇਰੇ ਅੱਜ ਵੀ ਦੇਖ ਰੇ ਵੀਡੀਓ ਨੂੰ ਉਹ ਤਾਂ ਖਿਆਲ ਕਰੋ ਅੱਗਾ ਜਾ ਕੇ ਸੜਕ 'ਤੇ ਮਕਾਨ ਬਣਾਉਣਾ ਬਈ ਨਿਕਾਸੀ ਪਹਿਲਾਂ ਪਾਣੀ ਕਿੱਥੇ ਪਾਣੀ ਕਿੱਕਰ ਜਾਗਾ ਬਾਹਰ ਆਪਕਾ ਧੰਨਵਾਦ